हाँ जी, स्वागत है तुहाडा सारयां दा साडे यूट्यूब चैनल एग्जाम स्टडी विद जॉब अलर्ट ते। अज असीं गल करांगे जो नवी सिक्ख्या नीति बनी है, इहदे तहत जिहड़े बदलाव कीते गए है। न्यू एजुकेशन पॉलिसी सिक्ख्या नीति की है जो नवी बनी हैगी, अते हुण इहदे विच जो किन्ने सालां दे डिग्री डिप्लोमे होणगे, इस तों इलावा होर भी जिहड़े कोर्सां विच बदलाव कीता गया है, उहदे बारे जानकारी तुहानूं विस्तार सहित देवांगे। इस तों पहलां जेकर तुसीं साडे चैनल ते पहली वार आए हो तां चैनल नूं सबसक्राइब जरूर कर लिओ, ਤਾਂ ਤੁਹਾਨੂੰ ਇਸੇ ਤਰ੍ਹਾਂ ਐਜੂਕੇਸ਼ਨ ਨਾਲ ਸੰਬੰਧਿਤ ਜੋ ਵੀ ਨਵੀਆਂ ਪੋਸਟਾਂ ਆਉਂਦੀਆਂ ਨੇ ਉਹਦੇ ਨਾਲ ਸੰਬੰਧਿਤ ਅਤੇ ਮਾਸਟਰ ਕੇਡਰ SST ਹਿਸਟਰੀ ਪੰਜਾਬੀ ਨੇ ਵੀਡੀਓ ਮਿਲਦੀਆਂ ਰਹਿਣ। ਕੰਟੀਨਿਊ ਹੈ ਜੋ ਅਸੀਂ ਮਾਸਟਰ ਕੇਡਰ ਦੀ ਵੀਡੀਓ ਅਪਲੋਡ ਕਰ ਰਹੇ ਹਾਂ। ਤਾਂ ਕੀ ਹੈ ਨਵੀਂ ਸਿੱਖਿਆ ਨੀਤੀ, ਕਿਹੜੇ ਕਿਹੜੇ ਬਦਲਾਵ ਹੋਏ ਨੇ, ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਤਾਂ ਇਹ ਨੇ ਜੀ ਨਵੀਂ ਸਿੱਖਿਆ ਨੀਤੀ ਤਹਿਤ ਅਹਿਮ ਬਦਲਾਵ ਜੋ ਕੀਤੇ ਗਏ ਨੇ। ਪਹਿਲਾ ਪੁਆਇੰਟ ਹੈ, ਨਵੀਂ ਸਿੱਖਿਆ ਨੀਤੀ ਤਹਿਤ ਹੁਣ ਪੰਜਵੀਂ ਤੱਕ ਦੇ ਵਿਦਿਆਰਥੀ ਨੇ ਜਿਹੜੇ, ਉਹਨਾਂ ਨੂੰ ਸਿਰਫ ਮਾਂ ਬੋਲੀ, ਸਥਾਨਕ ਭਾਸ਼ਾ ਅਤੇ ਰਾਸ਼ਟਰੀ ਭਾਸ਼ਾ ਵਿੱਚ ਪੜ੍ਹਾਇਆ ਜਾਵੇਗਾ। ਬਾਕੀ ਵਿਸ਼ੇ ਭਾਵੇਂ ਉਹ ਅੰਗਰੇਜ਼ੀ ਵਿੱਚ ਹਨ ਨੂੰ ਇੱਕ ਵਿਸ਼ੇ ਵਜੋਂ ਸਿਖਾਇਆ ਜਾਵੇਗਾ। ਯਾਨੀ ਕਿ ਜੋ ਪੰਜਵੀਂ ਤੱਕ ਦੇ ਵਿਦਿਆਰਥੀ ਹੋਣਗੇ, ਪਹਿਲੀ ਤੋਂ ਪੰਜਵੀਂ ਤੱਕ ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ, ਸਥਾਨਕ ਭਾਸ਼ਾ ਅਤੇ ਰਾਸ਼ਟਰੀ ਭਾਸ਼ਾ ਯਾਨੀ ਕਿ ਹਿੰਦੀ ਦੇ ਵਿੱਚ ਪੜ੍ਹਾਇਆ ਜਾਵੇਗਾ। ਜੋ ਬਾਕੀ ਦੇ ਵਿਸ਼ੇ ਹੋਣਗੇ, ਬੇਸ਼ੱਕ ਉਹ ਅੰਗਰੇਜ਼ੀ ਹੋਵੇ, ਉਹਨਾਂ ਨੂੰ ਇੱਕ ਵਿਸ਼ੇ ਦੇ ਵਜੋਂ ਸਿਖਾਇਆ ਜਾਵੇਗਾ। ਅਗਲਾ ਪੁਆਇੰਟ ਹੈ, 9ਵੀਂ ਤੋਂ 12ਵੀਂ ਕਲਾਸ ਦੀ ਜੋ ਪ੍ਰੀਖਿਆਵਾਂ ਨੇ ਉਹ ਸਮੈਸਟਰ ਪ੍ਰਣਾਲੀ ਦੇ ਵਿੱਚ ਲਈ ਜਾਵੇਗੀ। 5+3+3+4 ਫਾਰਮੂਲੇ ਦੇ ਤਹਿਤ ਜਿਹੜੀ ਉਹ ਸਕੂਲ ਸਿੱਖਿਆ ਦਿੱਤੀ ਜਾਵੇਗੀ। ਅਗਲਾ ਪੁਆਇੰਟ ਹੈ, ਕਾਲਜ ਦੀ ਡਿਗਰੀ 3 ਅਤੇ 4 ਸਾਲ ਦੀ ਹੋਵੇਗੀ। ਯਾਨੀ ਕਿ ਸਰਟੀਫਿਕੇਟ ਗ੍ਰੈਜੂਏਸ਼ਨ ਦੇ ਪਹਿਲੇ ਸਾਲ, ਦੂਜੇ ਸਾਲ ਡਿਪਲੋਮਾ ਅਤੇ ਤੀਜੇ ਸਾਲ ਦੀ ਡਿਗਰੀ 'ਤੇ ਦਿੱਤਾ ਜਾਵੇਗਾ। ਅਗਲੇ ਪੁਆਇੰਟ ਦੀ ਅਸੀਂ ਗੱਲ ਕਰਦੇ ਹਾਂ, 3 ਸਾਲਾਂ ਦੀ ਡਿਗਰੀ ਉਹਨਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੂੰ ਉੱਚ ਸਿੱਖਿਆ ਪ੍ਰਾਪਤ ਨਹੀਂ ਕਰਨੀ ਪੈਂਦੀ। ਉਸੇ ਸਮੇਂ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 4 ਸਾਲ ਦੀ ਡਿਗਰੀ ਕਰਨੀ ਪਵੇਗੀ। 4 ਸਾਲ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਜਿਹੜੇ ਵਿਦਿਆਰਥੀ ਹੋਣਗੇ, ਉਹ 1 ਸਾਲ ਵਿੱਚ MA ਕਰ ਸਕਣਗੇ। ਯਾਨੀ ਕਿ ਜੋ 4 ਸਾਲਾ ਕੋਰਸ ਵਿੱਚ ਹੈ ਜੋ ਡਿਗਰੀ ਪ੍ਰਾਪਤ ਕਰਨਗੇ, ਉਹਨਾਂ ਦਾ MA ਦਾ 1 ਸਾਲ ਘੱਟ ਜਾਏਗਾ, 1 ਸਾਲ ਵਿੱਚ ਉਹਨਾਂ ਦੀ MA ਜਿਹੜੀ ਹੋ ਜਾਏਗੀ। ਅਗਲਾ ਪੁਆਇੰਟ ਹੈ, ਹੁਣ ਵਿਦਿਆਰਥੀਆਂ ਨੂੰ ਜੋ MPhil ਨਹੀਂ ਕਰਨੀ ਪਵੇਗੀ, ਬਲਕਿ MA ਦੇ ਵਿਦਿਆਰਥੀ ਹੁਣ ਸਿੱਧਾ PhD ਕਰ ਸਕਣਗੇ। ਪਹਿਲਾਂ ਹੈ ਜੋ PhD ਕਰਨ ਵਾਸਤੇ ਹੈ ਜਿਹੜਾ MPhil ਕਰਨੀ ਪੈਂਦੀ ਸੀ, MPhil ਤੋਂ ਬਾਅਦ PhD ਹੁੰਦੀ ਸੀ। MPhil ਦੇ ਵਿੱਚ ਜਾਣ ਲਈ ਹੈ ਜੋ ਇੱਕ ਟੈਸਟ ਵੀ ਦੇਣਾ ਪੈਂਦਾ ਸੀਗਾ। ਸੋ ਇਹ ਸਭ ਹੈ ਜਿਹੜਾ ਨਵੀਂ ਸਿੱਖਿਆ ਨੀਤੀ ਤਹਿਤ ਖਤਮ ਹੋ ਗਿਆ ਗਾ। ਹੁਣ ਤੁਹਾਨੂੰ MPhil ਕਰਨ ਦੀ ਜ਼ਰੂਰਤ ਨਹੀਂ ਪਏਗੀ, ਬਲਕਿ MA ਕਰਨ ਤੋਂ ਬਾਅਦ ਸਿੱਧਾ ਤੁਸੀਂ PhD ਕਰ ਸਕੋਗੇ। ਹੋ ਸਕਦਾ ਇਹਦੇ ਵਾਸਤੇ ਪਹਿਲਾਂ ਇੱਕ ਟੈਸਟ ਲਿਆ ਜਾਵੇ PhD ਵਾਸਤੇ। ਅਗਲਾ ਪੁਆਇੰਟ ਹੈ ਜੀ, ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਜੇ ਕੋਈ ਵਿਦਿਆਰਥੀ ਕਿਸੇ ਕੋਰਸ ਦੇ ਅੱਧ ਵਿੱਚ ਕੋਈ ਹੋਰ ਕੋਰਸ ਕਰਨਾ ਚਾਹੁੰਦਾ ਹੈ, ਤਾਂ ਉਹ ਪਹਿਲੇ ਕੋਰਸ ਤੋਂ ਸੀਮਿਤ ਸਮੇਂ ਲਈ ਬ੍ਰੇਕ ਲੈ ਕੇ ਦੂਜਾ ਕੋਰਸ ਕਰ ਸਕਦਾ ਹੈ। ਯਾਨੀ ਕਿ ਤੁਸੀਂ ਕੋਈ ਕੋਰਸ ਕਰ ਰਹੇ ਹੋ, ਯਾਨੀ ਕਿ BA ਕਰ ਰਹੇ ਹੋਗੇ, ਅਗਰ ਤੁਸੀਂ ਅੱਧ ਵਿਚਕਾਰ ਜਾ ਕੇ ਯਾਨੀ ਕਿ ਸੈਕਿੰਡ ਈਅਰ ਵਿੱਚ ਜਾ ਕੇ ਕੋਈ ਹੋਰ ਕੋਰਸ ਕਰਨਾ ਚਾਹੁੰਦੇ ਹੋ, ਤਾਂ ਉਹ ਤੁਸੀਂ ਕਰ ਸਕੋਗੇ। ਜੋ ਤੁਹਾਡਾ ਇਹ BA ਵਾਲਾ ਅੱਧ ਵਿਚਕਾਰਲਾ ਕੋਰਸ ਹੋਏਗਾ, ਇਹ 'ਤੇ ਤੁਸੀਂ ਬ੍ਰੇਕ ਲੈ ਸਕੋਗੇ, ਅਤੇ ਜੋ ਤੁਸੀਂ ਹੋਰ ਕੋਰਸ ਕਰਨਾ ਚਾਹੁੰਦੇ ਹੋ ਉਹ ਕੋਰਸ ਕੰਪਲੀਟ ਕਰਕੇ ਫਿਰ ਤੋਂ ਹੈ ਜੋ ਆਪਣਾ ਜਿਸ 'ਤੇ ਕੋਰਸ 'ਤੇ ਤੁਸੀਂ ਬ੍ਰੇਕ ਲਾਈ ਸੀ ਉਹ ਕੋਰਸ ਕਰ ਸਕੋਗੇ। ਇਹ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਹੈ ਜੋ ਬਦਲਾਵ ਕੀਤਾ ਗਿਆ ਹੈ, ਚੰਗੀ ਆਪਸ਼ਨ ਹੈ ਇਹ। ਨਾਲ ਦੋ ਕੋਰਸ ਹੋ ਜਾਣਗੇ ਤੁਹਾਡੇ, ਇੱਕ ਕੋਰਸ ਵਿੱਚ ਬ੍ਰੇਕ ਲੈ ਕੇ ਅਗਰ ਤੁਸੀਂ ਕੋਈ ਹੋਰ ਕੋਰਸ ਕਰਨਾ ਚਾਹੁੰਦੇ ਹੋ ਤਾਂ ਇਹ ਪੈਂਡਿੰਗ ਹੋ ਜਾਏਗਾ, ਅਤੇ ਉਹ ਕੋਰਸ ਤੁਸੀਂ ਆਪਣਾ ਕੰਪਲੀਟ ਕਰੋਗੇ, ਇਸ ਤੋਂ ਬਾਅਦ ਇਹ ਕੋਰਸ ਵੀ ਤੁਸੀਂ ਕੰਪਲੀਟ ਕਰ ਸਕੋਗੇ। ਸੋ ਇਹ ਮਹੱਤਵਪੂਰਨ ਗੱਲਾਂ ਸੀਗੀਆਂ ਨਵੀਂ ਐਜੂਕੇਸ਼ਨ ਪੋਲਿਸੀ ਦੇ ਬਾਰੇ। ਸੋ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਅਤੇ ਨਾਲ ਹੀ ਹੈ ਜੋ ਅਸੀਂ ਮਾਸਟਰ ਕੇਡ ਦੇ ਵੀਡੀਓ ਕੰਟੀਨਿਊ ਪ੍ਰੋਵਾਈਡ ਕਰ ਰਹੇ ਹਾਂ, 250-300+ ਹੈ ਜੋ ਅਸੀਂ ਵੀਡੀਓ ਟੋਪਿਕ 'ਤੇ ਪ੍ਰੋਵਾਈਡ ਕਰ ਦਿੱਤੀ ਹੈ ਅਤੇ ਕੰਟੀਨਿਊ ਕਰ ਵੀ ਰਹੇ ਹਾਂ। ਸੋ ਜੋ ਵੀ ਮਾਸਟਰ ਕੇਡ ਦੀ ਤਿਆਰੀ ਕਰ ਰਹੇ ਨੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਲਾਈਕ, ਕਮੈਂਟ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਜੋ ਹਰ ਇੱਕ ਨੂੰ ਇਹ ਨੋਟੀਫਿਕੇਸ਼ਨ ਮਿਲ ਸਕੇ, ਹਰ ਇੱਕ ਨੂੰ ਹੈ ਜੋ
जानकारी मिल सके, क्योंकि नवें सैशन दे जो दाखले स्टार्ट हो चुके ने तो उन्होंने लिए बहुत ही जरूरी इन्फॉर्मेशन होएगी। धन्यवाद जी।